ਪਾਰਟੀ ਦੇ ਖਿਲਾਫ ਜਿਹੜੇ ਚੱਲ ਰਹੇ ਨੇ ਉਨ੍ਹਾਂ ਦੀ ਪਾਰਟੀ ਦੇ ਵਿਚ ਕੋਈ ਥਾਂ ਨਹੀਂ ਹੈ, ਇਹ ਕਹਿਣਾ ਦਲਜੀਤ ਸਿੰਘ ਚੀਮਾ ਹੋਰਾਂ ਦਾ, ਭੁੰਦੜ ਹੋਰਾਂ ਦਾ, ਔਰ ਕੀ ਹੁਣੇ ਪਾਰਟੀ ਨੂੰ ਅਲਵਿਦਾ ਕਹਿਣਗੇ ਜਾਂ ਪਾਰਟੀ ਨੂੰ ਮਜ਼ਬੂਤ ਕਰਨਗੇ? ਗੱਲਬਾਤ ਕਰਾਂਗੇ ਬੀਬੀ ਜਗੀਰ ਕੌਰ ਹੋਰਾਂ ਨਾਲ। ਬੀਬੀ ਜੀ ਕਹਿ ਰਹੇ ਕਿ ਤੁਹਾਡੀ ਤਾਂ ਪਾਰਟੀ 'ਚ ਕੋਈ ਥਾਂ ਹੀ ਨਹੀਂ ਬਣਦੀ, ਤੁਸੀਂ ਪਾਰਟੀ ਦੇ ਖਿਲਾਫ ਸਾਰੇ ਜਣੇ ਚੱਲ ਰਹੇ ਹੋ ਔਰ ਤੁਹਾਡੀ ਕੋਈ ਥਾਂ ਨਹੀਂ ਹੈ, ਭੁੰਦੜ ਸਾਹਿਬ ਕਹਿ ਰਹੇ। ਭੁੰਦੜ ਸਾਹਿਬ ਦਾ ਕੀ ਅਧਿਕਾਰ ਹੈ ਕਿ ਸਾਨੂੰ ਪਾਰਟੀ ਤੋਂ ਬਾਹਰ ਕੱਢ ਦੇ? ਅਨੁਸ਼ਾਸਨੀ ਕਮੇਟੀ ਦਾ ਜੋ ਚੇਅਰਮੈਨ ਬਣਾਇਆ ਸੀ ਬਾਦਲ ਸਾਹਿਬ ਨੇ, ਅਸੀਂ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਦੀ ਵਿਰੋਧਤਾ ਕੀਤੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਉਹ 'ਤੇ ਅਨੁਸ਼ਾਸਨ ਲਾਗੂ ਕਰੋ। ਡਾਕਟਰ ਚੀਮੇ ਨੇ ਵਿਰੋਧਤਾ ਕੀਤੀ ਹੈ, ਅਨੁਸ਼ਾਸਨੀ ਕਾਰਵਾਈ ਕਰੋ। ਮਹੇਸ਼ਿੰਦਰ ਗਰੇਵਾਲ ਨੇ ਕੀਤੀ ਹੈ, ਉਹ 'ਤੇ ਕਾਰਵਾਈ ਕਰੋ। ਕੁਲਵੰਤ ਸਿੰਘ ਮੰਨਣ ਨੇ ਕੀਤੀ ਹੈ, ਕਾਰਵਾਈ ਕਰੋ। ਉਹਨੂੰ ਜਿਹੜੇ 'ਤੇ ਬਾਗੀ ਕੰਮ ਕਰਨ ਉਹਨਾਂ 'ਤੇ ਅਨੁਸ਼ਾਸਨੀ ਕਾਰਵਾਈ ਨਹੀਂ, ਜਿਹੜੇ ਪਾਰਟੀ ਦੇ ਹਿੱਤ ਵਿੱਚ ਕੰਮ ਕਰਨ ਉਹਨਾਂ ਨੂੰ ਉਹ ਕਹਿੰਦੇ ਉਹਨਾਂ ਦੀ ਥਾਂ ਕੋਈ ਨਹੀਂ। ਕਿੱਥੇ ਦਾ ਇਨਸਾਫ ਹੈ? ਪਾਰਟੀ 'ਚ ਫਿਰ ਥਾਂ ਬਣੇਗੀ ਕਿਵੇਂ ਜਦੋਂ ਭੁੰਦੜ ਹੋਰੀ ਇਸ ਗੱਲ ਦਾ ਵੀ ਜ਼ਿਕਰ ਕਰ ਰਹੇ ਆ, ਕਹਿੰਦੇ ਜੇਕਰ ਕੋਈ ਵਹਿਮ ਹੈ ਤਾਂ ਫਿਰ ਪ੍ਰਧਾਨਗੀ ਦੇ ਇਲੈਕਸ਼ਨ ਕਰਵਾ ਕੇ ਦੇਖ ਲਓ, ਤੁਹਾਨੂੰ ਪਤਾ ਲੱਗ ਜਾਏਗਾ ਕਿੰਨੇ ਬੰਦੇ ਤੁਹਾਡੇ ਨਾਲ ਹੈ। ਪ੍ਰਧਾਨਗੀ ਦੇ ਇਲੈਕਸ਼ਨ ਕਰਵਾ ਲਓ, ਪਤਾ ਲੱਗ ਜਾਏਗਾ ਸੁਖਬੀਰ ਬਾਦਲ ਨਾਲ ਕਿੰਨੇ ਖੜੇ, ਤੁਹਾਡੇ ਨਾਲ ਕਿੰਨੇ ਖੜੇ। ਸਾਨੂੰ ਤਾਂ ਵਹਿਮ ਹੀ ਹੈ ਨਹੀਂ, ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਹਾਂ, ਪੱਕੇ ਵਫਾਦਾਰ ਸਿਪਾਹੀ, ਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਪਿੰਡ ਪਿੰਡ, ਘਰ ਘਰ, ਸ਼ਹਿਰ ਸ਼ਹਿਰ, ਹਰ ਥਾਂ ਤੇ ਜਾਵਾਂਗੇ, ਜ਼ਿਲ੍ਹਿਆਂ 'ਚ ਜਾਵਾਂਗੇ, ਹਲਕਿਆਂ 'ਚ ਜਾਵਾਂਗੇ। ਪਰ ਮਸਲਾ ਪ੍ਰਧਾਨਗੀ ਨੂੰ ਹਟਾਉਣ ਦਾ, ਤੁਸੀਂ ਕਹਿ ਰਹੇ ਸੁਖਬੀਰ ਬਾਦਲ ਪ੍ਰਧਾਨ ਨਹੀਂ ਚਾਹੀਦੇ, ਤੁਸੀਂ ਕਹਿ ਰਹੇ ਸੁਖਬੀਰ ਬਾਦਲ ਪ੍ਰਧਾਨਗੀ ਨਹੀਂ ਉਹਨਾਂ ਦੀ ਮਨਜ਼ੂਰ, ਇਸੇ ਗੱਲ ਦਾ ਜ਼ਿਕਰ। ਬਣੇ ਰਹਿਣ ਦੇਣ, ਬਣੇ ਰਹਿਣ, ਸਾਨੂੰ ਕੋਈ, ਅਸੀਂ ਤੇ ਆਪਣਾ ਕੰਮ ਕਰਨਾ, ਅਸੀਂ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ। ਨਹੀਂ, ਤੁਹਾਡੇ ਨਾਲ ਜਿੰਨੇ ਸਾਥੀ ਨੇ ਉਹ ਕਹਿ ਰਹੇ ਕਿ ਨਵਾਂ ਪ੍ਰਧਾਨ ਚੁਣਿਆ ਜਾਵੇ, ਇਹਨਾਂ ਨੂੰ ਝੁੰਦਾ ਕਮੇਟੀ ਵੀ ਕਹਿ ਰਹੀ ਹੈ ਕਿ ਹਟਾਇਆ ਜਾਵੇ। ਔਰ ਤੁਹਾਨੂੰ ਪਤਾ ਹੀ ਹੈ ਸਾਰਾ ਕੁਝ, ਮੇਰੇ ਕੋਲ ਕੀ ਕਹਿੰਦੇ ਹੋ, ਮੈਂ ਨਹੀਂ ਕਹਿੰਦੀ, ਪੂਰਾ ਪੰਜਾਬ ਕਹਿੰਦਾ। ਫਿਰ ਕਹਿੰਦੇ ਇਲੈਕਸ਼ਨ ਕਰਵਾ ਕੇ ਦੇਖ ਲਓ, ਦੇਖ ਲਓ ਤੁਹਾਡੇ ਨਾਲ ਕਿੰਨੇ ਜਾਣੇ ਖੜੇ, ਕਰਾ ਕੇ ਦੇਖ ਲਾਂਗੇ, ਜੋ ਸਮਾਂ ਆਏਗਾ ਉਹ ਵੀ ਕਰਾ ਲਾਂਗੇ, ਅਜੇ ਤਾਂ ਇਲੈਕਸ਼ਨ ਹੈ ਹੀ ਨਹੀਂ। ਨਹੀਂ, ਪ੍ਰਧਾਨਗੀ ਦੇ ਇਲੈਕਸ਼ਨ ਕਦੋਂ ਤੇ ਕਿਵੇਂ ਹੋ ਸਕਦੇ ਆਏਗੀ, ਫਿਰ ਕਰਾ ਲਾਂਗੇ। ਤੁਹਾਡੇ ਕੋਲ ਨਾਮ ਹੈ? ਬੀਬੀ ਜਗੀਰ ਕੌਰ ਨੇ, ਗਿਆਨੀ ਹਰਪ੍ਰੀਤ ਸਿੰਘ ਨੇ, ਕੌਣ ਨੇ? ਇਸ ਤਰ੍ਹਾਂ ਕੋਈ ਨਾਮ ਨਹੀਂ ਹੁੰਦੇ, ਜਿਹਨੂੰ ਪਰਮੇਸ਼ਰ ਨੇ ਬਖਸ਼ਿਸ਼ ਕਰਨੀ ਨਾ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਕਿਉਂਕਿ ਵਡਾਲਾ ਸਾਹਿਬ ਨੂੰ ਤਾਂ ਅੱਜ ਤੁਸੀਂ ਇੱਕ ਕਨਵੀਨਰ ਬਣਾਈ ਦਿੱਤਾ, ਕਿ ਉਹ ਪ੍ਰਧਾਨਗੀ ਵਾਲੇ ਪਾਸੇ ਉਹਨਾਂ ਦਾ ਨਾਮ ਅੱਗੇ ਜਾਏਗਾ? ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕੀਤੀ ਹੈ, ਪ੍ਰੈਜ਼ੀਡੀਅਮ ਤਿਆਰ ਕੀਤੀ ਹੈ, 11 ਮੈਂਬਰੀ ਉਹਨਾਂ ਦਾ, ਉਹਨਾਂ ਨੂੰ ਕਨਵੀਨਰ ਬਣਾਏ ਹੈ, ਔਰ 2 ਦਿਨਾਂ ਦੇ ਵਿੱਚ ਬਾਕੀ ਮੈਂਬਰਾਂ ਦਾ ਐਲਾਨ ਕੀਤਾ ਜਾਏਗਾ। ਇਸ ਕਰਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਰਹੇ ਹਾਂ, ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਕਰਨਾ, ਕਿਸੇ ਬੰਦੇ ਨਾਲ ਸਾਡੀ ਕੋਈ ਲੜਾਈ ਨਹੀਂ। ਤੁਸੀਂ ਮਜ਼ਬੂਤੀ ਦੀ ਗੱਲ ਕਰ ਰਹੇ ਹੋ, ਲੇਕਿਨ ਅੱਜ ਮਾਹੌਲ ਦੇਖਿਆ ਤੁਸੀਂ, ਕਿੰਨੀ ਪੁਲਿਸ ਉੱਥੇ ਲੱਗ ਗਈ, ਗੱਲ ਹੋ ਗਿਆ ਕਬਜ਼ੇ ਵਾਲੀ ਗੱਲ ਦਾ, ਨਿਕਲਿਆ ਕੁਛ ਨਹੀਂ, ਲੇਕਿਨ ਫੋਰਸ ਐਵੇਂ ਲੱਗ ਗਈ, 500-700 ਬੰਦਾ ਉਹਨਾਂ ਨੇ ਬੁਲਾ ਲਿਆ, ਤੁਸੀਂ ਇੱਥੇ ਬੈਠੇ ਰਹਿ ਗਏ, ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਅਸੀਂ ਜਾਈਏ ਕਿੱਥੇ? ਇਹ ਵੀ ਉਹਨਾਂ ਨੂੰ ਪਤਾ ਹੋਏਗਾ ਜੀ, ਸਾਨੂੰ ਤਾਂ ਕੋਈ ਪਤਾ ਨਹੀਂ, ਸਾਨੂੰ ਤਾਂ ਗਿਆਨ ਵੀ ਨਹੀਂ ਇਸ ਗੱਲ ਦਾ। ਅਸੀਂ ਤੇ ਮੀਟਿੰਗ ਰੱਖੀ ਨੂੰ 10 ਦਿਨ ਹੋ ਗਏ, 15 ਤਰੀਕ ਦੀ ਮੀਟਿੰਗ, 10 ਦਿਨ ਹੋ ਗਏ ਸਾਨੂੰ ਰੱਖੀ ਨੂੰ, ਰੱਖੀ ਵੀ 36 ਸੈਕਟਰ ਦੇ ਵਿੱਚ, SA ਕਨਵੈਨਸ਼ਨ ਸੈਂਟਰ ਦੇ ਵਿੱਚ ਰੱਖੀ ਹੈ, ਔਰ ਤੁਹਾਨੂੰ ਅਸੀਂ ਸਾਰਿਆਂ ਨੂੰ 4 ਵਜੇ ਦਾ ਟਾਈਮ ਦਿੱਤਾ ਸੀ। ਲੇਕਿਨ ਚੰਡੀਗੜ੍ਹ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਨਾ ਜਦੋਂ ਕਹਿੰਦੇ ਕਬਜ਼ੇ ਵਾਲੀ ਗੱਲ ਹੋ ਰਹੀ ਹੈ, ਉਹ ਤੇ ਕਹਿੰਦੇ 2-4 ਬੰਦੇ ਹੀ ਹੈ, ਤੇ ਫਿਰ ਡਰ ਕਾਹਦਾ ਉਹਨਾਂ ਨੂੰ ਪਿਆ, ਸਾਡਾ ਕਾਹਦਾ ਡਰ ਉਹਨਾਂ ਨੂੰ? ਦੱਸੋ ਜੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ 'ਚ ਨਹੀਂ ਜਾ ਸਕਦੇ? ਅਸੀਂ ਮੈਂਬਰ ਹਾਂ ਸ਼੍ਰੋਮਣੀ ਅਕਾਲੀ ਦਲ ਦੇ, ਅਸੀਂ ਸਾਰੇ ਵਰਕਰ ਹਾਂ ਉੱਥੋਂ ਦੇ। ਉਹ ਕਹਿੰਦੇ ਤੁਸੀਂ ਤਾਂ ਫਿਰ, ਤੁਹਾਡੇ ਲਈ ਤਾਂ ਪਾਰਟੀ ਥਾਂ ਹੀ ਹੈ ਨਹੀਂ। ਅੱਛਾ, ਉਹਦੇ ਉਹਨਾਂ ਦੇ ਕਹਿੰਦੇ ਥੋੜ੍ਹਾ ਹੋਣੀ ਹੈ ਸ਼੍ਰੋਮਣੀ ਅਕਾਲੀ ਦਲ ਕਿਹਦਾ, ਇਹ ਤੇ ਸਾਨੂੰ ਪਤਾ ਨਾ ਜੀ, ਅਸੀਂ ਪੰਥ ਦੀ ਜਮਾਤ ਹੈ। ਲੇਕਿਨ ਜੋ ਮਾਹੌਲ ਬਣਿਆ, ਕੀ ਤੁਸੀਂ ਹੁਣ ਕਦੀ ਪਾਰਟੀ ਦਫ਼ਤਰ ਜਾਓਗੇ, ਬੈਠੋਗੇ? ਔਰ ਉਧਰੋਂ ਵੀ ਬਿਆਨ ਆ ਰਹੇ, ਕਹਿੰਦੇ ਅਸੀਂ ਫਿਰ ਤਿਆਰ ਬੈਠੇ ਨਹੀਂ। ਅਸੀਂ ਇਹਦਾ ਮਤਲਬ ਕਿ ਸਾਨੂੰ ਜਾਣ ਤੋਂ ਵੀ ਰੋਕ ਦੇਣਗੇ ਜੇ ਅਸੀਂ ਜਾਵਾਂਗੇ ਤੇ? ਬੜੇ ਅਫਸੋਸ ਦੀ ਗੱਲ ਹੈ ਜੀ, ਫਿਰ ਉਹ ਮਜ਼ਬੂਤ ਕਿੱਦਾਂ ਕਰਨੀ ਪਾਰਟੀ ਉਹਨਾਂ ਨੇ? ਜਿਹੜਾ ਮਜ਼ਬੂਤ ਦੀ ਗੱਲ ਕਰਦਾ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਹਿੱਤਾਂ ਦੀ ਗੱਲ ਕਰਦਾ, ਜਿਹੜੀ ਸ਼੍ਰੋਮਣੀ ਅਕਾਲੀ ਦੇ ਰਿਵਾਈਵ ਦੀ ਗੱਲ ਕਰਦਾ, ਜਿਹੜੇ ਸਾਰੇ ਪਬਲਿਕ ਨੂੰ ਆਵਾਜ਼ ਮਾਰ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਹੜੇ ਵਿੱਚ ਲਿਆਉਣਾ ਚਾਹੁੰਦੇ ਆ, ਉਹਨਾਂ ਨੂੰ ਕਹਿੰਦੇ ਉੱਥੇ ਵੜਨ ਨਹੀਂ ਦੇਣਾ। ਆਉਣ ਵਾਲੇ ਦਿਨਾਂ ਪਾਰਟੀ ਦਫ਼ਤਰ ਜਾਓਗੇ? ਸਾਡੀ ਮਰਜ਼ੀ, ਜਦੋਂ ਜੀ ਕਰੇਗਾ ਜਾਵਾਂਗੇ।
ਲੇਕਿਨ ਜੇ ਉਹ ਟਾਕਰੇ ਵਾਲੀ ਪੋਜੀਸ਼ਨ ਰੋਕਣਗੇ ਜੀ, ਕਿਉਂ ਰੋਕਣਗੇ ਜੀ, ਅਸੀਂ ਕੋਈ ਲੜਾਈ ਕਰਨ ਜਾਣਾ? ਅਸੀਂ ਜਦੋਂ ਮਰਜ਼ੀ ਪੁਲਿਸ ਇੰਨੀ ਬੁਲਾ ਲਿੱਤੀ, ਮਾਹੌਲ ਤਾਂ ਬੜਾ ਟੈਂਸ ਹੋ ਗਿਆ ਸੀਗਾ। ਉਹਨਾਂ ਨੂੰ ਚਿੰਤਾ ਹੋਏਗੀ, ਸਾਨੂੰ ਤਾਂ ਕੋਈ ਚਿੰਤਾ ਨੀ ਜੀ। ਲੇਕਿਨ ਅਜਿਹਾ ਤਾਂ ਨਹੀਂ ਨਾ ਮਾਹੌਲ ਖਰਾਬ ਹੋ ਜਾਏਗਾ ਜੇ ਤੁਸੀਂ ਉਧਰੋਂ ਜਾਓ ਉਧਰੋਂ ਉਹਨਾਂ ਦੇ? ਉਹ ਤਾਂ ਜਦੋਂ ਜੇ ਹੋਏਗਾ ਫਿਰ ਦੇਖਾਂਗੇ। ਅਸੀਂ ਤਾਂ ਕਿਹਾ ਹੀ ਨੀ ਕਦੀ ਅਸੀਂ ਉੱਥੇ ਜਾ ਕੇ ਲੜਾਈ ਕਰ ਲਈਏ। ਬੜੇ ਅਫਸੋਸ ਦੀ ਗੱਲ ਹੈ ਜੀ। ਦੇਖੋ ਉਹਨੇ ਸੋਚ, ਦੇਖੋ ਕਿੱਥੇ ਅੜੀ, ਇੱਕ ਤਰਫਾ ਹੀ ਸੋਚ ਹੈ ਨਾ ਜੀ। ਕੋਈ ਦੱਸੋ ਵੀ ਅਸੀਂ, ਹਾਂ ਉਹਨਾਂ ਨੇ ਟੈਲੀਫੋਨ ਕੀਤੇ ਸਾਡੇ ਲੀਡਰ ਇਹਨਾਂ ਨੂੰ, ਰੱਖੜਾ ਸਾਹਿਬ ਨੂੰ ਫੋਨ ਕੀਤਾ ਡਾਕਟਰ ਚੀਮੇ ਨੇ, ਤੁਸੀਂ ਉੱਥੇ ਆ ਰਹੇ ਹੋ? ਫਿਰ ਮਲੂਕਾ ਸਾਹਿਬ ਨੂੰ ਕੀਤਾ, ਉੱਥੇ ਆ ਰਹੇ ਹੋ? ਉਹਨਾਂ ਕਿਹਾ ਨਹੀਂ, ਸਾਡੀ ਤੇ ਮੀਟਿੰਗ ਉੱਥੇ 36 ਸੈਕਟਰ 'ਚ। ਤੇ ਤੁਸੀਂ ਇਹ ਦੇਖੋ ਕਿ ਉਹਨਾਂ ਨੂੰ ਕਿੱਦਾਂ ਦੀ ਚਿੰਤਾ ਲੱਗੀ, ਕਿਉਂ ਲੱਗੀ, ਇਹ ਤਾਂ ਉਹਨਾਂ ਦੀ ਮੈਂਟੈਲਿਟੀ ਤੇ ਵੇਖੋ। ਪ੍ਰੋਗਰਾਮ ਸੀਗਾ ਜਾਣ ਦਾ? ਬਿਲਕੁਲ ਨਹੀਂ ਜੀ, ਬਿਲਕੁਲ ਨਹੀਂ। ਸਾਡੀ ਮੀਟਿੰਗ ਕਿੱਥੇ ਸੀ? ਆਉਣ ਵਾਲੇ ਦਿਨਾਂ 'ਚ ਜਾਓਗੇ? ਕੋਈ ਐਸੀ ਗੱਲ ਹੀ ਨਹੀਂ ਸਾਡੇ ਕੋਲ, ਅਸੀਂ ਤਾਂ ਹੁਣ ਪਿੰਡਾਂ 'ਚ ਜਾ ਰਹੇ ਹਾਂ। ਪਾਰਟੀ ਦਫ਼ਤਰ ਕੌਣ ਸੰਭਾਲੇਗਾ? ਪਾਰਟੀ ਦਫ਼ਤਰ ਸੰਭਾਲਣ ਹੀ ਡਏ ਹੋ? ਅਸੀਂ ਕਦੋਂ, ਅਸੀਂ ਕਦੋਂ ਕਹਿੰਦੇ ਨਾ ਸੰਭਾਲਣ? ਚੀਮਾ ਸਾਹਿਬ ਪੱਕੇ ਬਿਠਾਏ ਤੇ ਆ ਸਕੱਤਰ ਬਣਾ ਕੇ ਉੱਥੇ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਵੀ ਬਿਆਨ ਸੁਣਿਆ ਹੋਣਾ, ਤਲਬ ਕਰ ਲਿੱਤਾ ਗਿਆ ਪ੍ਰਧਾਨ ਸਾਹਿਬ ਨੂੰ 15 ਦਿਨਾਂ 'ਚ ਜਵਾਬ ਦੇਣ ਲਈ ਕਿਹਾ ਗਿਆ? ਅੱਛੀ ਗੱਲ ਕੀਤੀ ਜੀ, ਕੌਮ ਬੜੀ ਨਿਰਾਸ਼ ਸੀ, ਸਾਡੇ ਨਾਲ ਬਹੁਤ ਨਿਰਾਸ਼ ਸੀ। ਤੇ ਮੈਂ ਸਮਝਦੀ ਹਾਂ ਕਿ ਜਥੇਦਾਰ ਸਾਹਿਬਾਨ ਪੂਰਾ ਆਜ਼ਾਦੀ ਦੇ ਨਾਲ ਆਪਣੀ ਗੁਰਮਤ ਰਹਿਤ ਮਰਿਆਦਾ ਦੇ ਅਨੁਸਾਰ ਜੋ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਉਹਦੇ ਅਨੁਸਾਰ ਫੈਸਲਾ ਕਰਨਗੇ ਤਾਂ ਜੋ ਕੌਮ ਨੂੰ ਸਕੂਨ ਮਿਲ ਸਕੇ। SGPC ਦੀਆਂ ਵੋਟਾਂ ਬਣ ਰਹੀਆਂ, 31 ਤਰੀਕ ਤੱਕ ਬਣਨੀਆਂ ਨੇ। ਸਵਾਲ ਇਹ ਉੱਠਦਾ ਹੈ ਕਿ ਧਾਮੀ ਸਾਹਿਬ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਹੀ ਨੇ, ਜਿਹੜੇ SGPC ਦੇ ਉੱਥੇ ਪ੍ਰਧਾਨ ਨੇ, ਅਕਾਲੀ ਦਲ ਦੇ ਮੈਂਬਰ ਨੇ, ਕੀ ਤੁਹਾਡੇ ਵੱਲੋਂ ਨੁਮਾਇੰਦੇ ਖੜੇ ਕੀਤੇ ਜਾਣਗੇ ਚੋਣਾਂ ਨੂੰ ਲੈ ਕੇ ਜਾਂ SGPC ਨੂੰ ਲੈ ਕੇ? ਤੁਸੀਂ ਹੁਣ ਸਾਰੇ ਕੀ ਸੋਚ ਰਹੇ ਹੋ? ਸਮਾਂ ਅਜੇ, ਤੁਸੀਂ ਕਹਿਣਾ ਕਿ ਅਜੇ ਸਮਾਂ ਪਿਆ ਵਾ, ਲੇਕਿਨ ਪਲੈਨਿੰਗ ਹੋਏਗੀ, ਤੁਸੀਂ ਵੋਟਾਂ ਵਾਸਤੇ ਕਹਿਣਾ ਸ਼ੁਰੂ ਕਰ ਦਿੱਤਾ। ਅਸੀਂ ਬੇਨਤੀ ਕੀਤੀ ਹੈ ਸਾਰੇ ਸਿੱਖਾਂ ਨੂੰ ਕਿ ਹਰ ਸਿੱਖ ਆਪਣਾ ਫਰਜ਼ ਸਮਝ ਕੇ ਆਪਣੀ ਵੋਟ ਬਣਾਏ ਤਾਂ ਜੋ ਸਿੱਖ ਪਾਰਲੀਮੈਂਟ ਦੇ ਵਿੱਚ ਆਪਣਾ ਹਿੱਸਾ ਪਾ ਸਕਣ। ਦੋ ਸਵਾਲ ਲਵਾਂਗਾ ਫਿਰ ਤੁਸੀਂ ਜਾਣਾ ਵਾ। ਤੁਹਾਡੇ ਨਾਲ ਜਿੰਨੇ ਵੀ ਤੁਹਾਡੇ ਸਮਰਥਕ ਨੇ ਉਹ ਇਸ ਦੁਵਿਧਾ ਚ ਨੇ ਕਿ ਤੁਹਾਡੇ ਵੱਲੋਂ ਕਿਹੜੇ ਕਿਹੜੇ ਚਿਹਰੇ ਪ੍ਰਧਾਨਗੀ ਦੇ ਹੋ ਸਕਦੇ ਨੇ, ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਨਾਮ ਚੱਲਿਆ, ਮਨਪ੍ਰੀਤ ਐਲੀ ਹੋਰਾਂ ਦਾ ਨਾਮ ਚੱਲਿਆ, ਇਹ ਮੈਂ ਨਹੀਂ ਕਿਹਾ, ਇਹ ਪਰਮਿੰਦਰ ਢੀਂਡਸਾ ਹੋਰਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ, ਕਿਹੜੇ 4-5 ਨਾਮ ਨੇ ਜਿਨ੍ਹਾਂ ਨੂੰ ਲੈ ਕੇ ਚਰਚਾ ਚੱਲ ਰਹੀ ਹੈ? ਕਿਉਂਕਿ ਜਿਹੜੀ ਕੌਮ ਹੈ ਉਹ ਦੇਖਣਾ ਚਾਹੁੰਦੀ ਹੈ ਕਿ ਅੱਗੋਂ ਤੁਸੀਂ ਜਿਨ੍ਹਾਂ ਨੂੰ ਪ੍ਰਧਾਨ ਚਾਹੁੰਦੇ ਹੋ ਉਹ ਕਿਹੜੇ ਕਿਹੜੇ ਚਿਹਰੇ ਨੇ? ਅਸੀਂ ਕੋਈ ਪ੍ਰਧਾਨ ਦੀ ਅਜੇ ਗੱਲ ਨਹੀਂ ਕੀਤੀ ਸੀ, ਨਾ ਅਸੀਂ ਅਜੇ ਪ੍ਰਧਾਨ ਦੀ ਚੋਣ ਦੀ ਗੱਲ ਕਰ ਰਹੇ ਹਾਂ। ਜਿਹੜਾ ਅਸੀਂ ਬਣਾਉਣਾ ਸੀ ਪ੍ਰੈਜ਼ੀਡੀਅਮ ਬਣਾ ਦਿੱਤੀ ਹੈ, ਫਿਰ ਇੱਕ ਸਲਾਹਕਾਰ ਕਮੇਟੀ ਵੱਡੀ ਬਣਾਵਾਂਗੇ, ਸਾਰੇ ਅਸੀਂ ਇਨਵੋਲਵ ਕਰਾਂਗੇ, ਫਿਰ ਸਟੇਟ ਬਾਡੀ ਦੀ ਜਿੱਦਾਂ ਬਣ ਜਾਣੀ ਹੈ, ਉਸ ਤੋਂ ਬਾਅਦ ਅਸੀਂ ਡਿਸਟ੍ਰਿਕਟ ਬਾਡੀ ਬਣਾਵਾਂਗੇ, ਹਲਕਿਆਂ ਦੀਆਂ ਟੀਮਾਂ ਬਣਾਵਾਂਗੇ ਤਾਂ ਜੋ ਘਰਾਂ 'ਚ ਅਸੀਂ ਜਾ ਸਕੀਏ। ਲਾਸਟ ਸਵਾਲ, ਜਲੰਧਰ 'ਚ ਕੀ ਹੋਇਆ? ਅਕਾਲੀ ਦਲ ਹਾਥੀ 'ਤੇ ਚੜਿਆ, ਹਾਥੀ ਦੀ ਹਾਲਤ ਪਤਲੀ ਹੋ ਗਈ, ਹਾਥੀ ਤੁਸੀਂ ਤੁਹਾਡੀ ਤਸਵੀਰ ਵੱਖਰੀ ਬਿਲਕੁਲ ਹੀ ਸੀਗੀ, ਹਜ਼ਾਰ ਟੱਪਣਾ ਔਖਾ ਹੋਇਆ ਪਿਆ ਸੀਗਾ, ਅਕਾਲੀ ਦਲ ਦੇ ਕੈਂਡੀਡੇਟ ਨੂੰ ਜਿਤਾਉਣਾ ਸੀਗਾ, ਉਹਦੇ ਨਾਲ ਹੀ ਤੁਰੇ ਸੀਗੇ। ਠੀਕ ਹੈ, ਸਾਡੀ ਬੀਬੀ ਨੇ ਥੋੜੀ ਜਿਹੀ ਗਲਤੀ ਕੀਤੀ, ਇੱਕ ਦਿਨ ਉੱਥੇ ਆਮ ਆਦਮੀ ਪਾਰਟੀ ਚਲੀ ਗਈ, ਉਹਦੇ ਨਾਲ ਫਿਰ ਥੋੜਾ ਜਿਹਾ ਲੋਕਾਂ ਨੂੰ ਸੈਟਬੈਕ ਵੀ ਲੱਗੀ। ਦੂਜੀ ਗੱਲ ਹੈਗੀ ਹੈ ਕਿ ਜਿਤਾਉਣ ਦੀ ਗੱਲ ਕਰ ਰਹੇ, ਜਮਾਨਤ ਨਹੀਂ ਬਚਾ, ਹਰ ਬੰਦਾ ਜਿੱਤਣ ਲਈ ਤੁਰਦਾ। 2600 ਵੋਟ ਪਹਿਲਾਂ ਪਈ ਸੀਗੀ ਤੇ 50% ਹੁਣ ਫੇਰ ਪੈ ਗਈ ਸਾਨੂੰ, ਇਹਨਾਂ ਨੂੰ ਤਾਂ 50% ਵੀ ਨੀ ਪਈ, BSP ਵਾਲਿਆਂ ਦੇ ਸੁੱਖ ਨਾਲ 3 ਸਾਲ ਦਾ ਚੌਥਾ ਨਹੀਂ ਹੋਇਆ। ਤੁਸੀਂ 1300 ਵੋਟ ਤੋਂ ਖੁਸ਼ ਹੋ? ਮਤਲਬ ਜਿੱਥੇ 1.5 ਲੱਖ ਵੋਟ ਆਇਆ ਉੱਥੇ ਤੁਸੀਂ 1300 ਵੋਟ ਤੋਂ ਖੁਸ਼ ਹੋ ਕਿ ਸਾਨੂੰ 50% ਹੈ, ਅਸੀਂ ਬਾਕੀ ਪਾਰਟੀਆਂ ਨਾਲ ਉੱਪਰ ਨਹੀਂ ਹੈ, ਕਿਉਂਕਿ BJP ਦੀ ਸੀਟ ਰਹੀ ਹੈ ਸਾਰੀ ਜ਼ਿੰਦਗੀ, ਉੱਥੇ ਅਕਾਲੀ ਦਲ ਦੀ ਕੋਈ ਵਰਕਰ ਵੀ ਨਹੀਂ ਹੈਗਾ, ਕੋਈ ਕੁਛ ਨਹੀਂ ਹੈ। ਸਿੱਖ ਵੋਟ ਜਿਹੜੀ ਬਹੁਤ ਘੱਟ ਹੈ, ਉਹਨਾਂ ਕੋਲ ਅਸੀਂ ਜਾ ਕੇ ਅਪੀਲ ਕੀਤੀ ਸੀ, ਉਹਨਾਂ ਨੇ ਕਿਹਾ ਜੀ ਜਿਹੜੇ ਪ੍ਰੇਮ ਵਾਲੇ ਸੀ ਉਹਨਾਂ ਨੇ ਤੱਕੜੀ ਨੂੰ ਵੋਟ ਪਾਈ ਹੈ, ਉਹਨਾਂ ਨੇ ਬਾਦਲ ਸਾਹਿਬ ਦੇ ਕਹਿਣ ਦੇ ਉੱਤੇ ਦੂਜੇ ਪਾਸੇ ਨਹੀਂ ਪਾਈ।